ਹਾਂਜੀ ਯਾਰ, ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਦੇ? ਉਮੀਦ ਕਰਦੇ ਠੀਕ ਠਾਕ ਹੋਣ, ਤੁਹਾਡੇ ਜਾਣਾ ਵੀ ਸੈੱਟ ਬੈਠ ਹੋਣਗੇ। ਅਤੇ ਲਓ ਮਿੱਤਰੋ, ਅੱਜ ਉਡਾਤੇ ਆਪਾਂ ਕਬੂਤਰ। ਕੱਲ੍ਹ ਤਾਂ ਨਹੀਂ ਉਡਾਏ ਸੀਗੇ ਕਿਉਂਕਿ ਕੱਲ੍ਹ ਹਨੇਰੇ ਦਾਣੇ ਪਾਏ। ਆਹ ਫਿਰਦੀ ਢਿੱਡ ਵਾਲੀ ਆਪਣੀ ਉਹ ਜਾਂਦੀ ਆ ਮੂਹਰੇ ਮੂਹਰੇ, ਆਹ ਪੇਟੀ ਵਾਲਾ ਇੱਧਰ ਜਾਂਦਾ ਵੀ, ਅਤੇ ਇੱਕ ਕਾਲਸਰਾ ਛੱਡਿਆ, ਇੱਕ ਚੀਨੀ ਆ ਅੱਧੇ ਪੱਲੇ ਵਾਲੀ, ਅਤੇ ਬਾਕੀ ਖੁੱਡੇ ਵਾਲੇ ਤੁਹਾਨੂੰ ਦਿਖਾ ਦੇਣਾ। ਅੱਧੇ ਛੱਡਾਂਗੇ ਆਪਾਂ ਕੱਲ੍ਹ ਨੂੰ ਕਿਉਂਕਿ ਬਾਜੀ ਆਈ ਜਾਂਦੀ ਆ ਨੇੜੇ। ਇੱਕ ਤਾਂ ਟੂਸੇ ਵਾਲੀ ਨਹੀਂ ਖੱਟੀਆਂ ਜੀ ਛੱਡੀ, ਇੱਕ ਉਹ ਚੀਨੀ ਨਹੀਂ ਛੱਡੀ, ਅਤੇ ਇੱਕ ਲਾਲ ਸਰੀ ਨਹੀਂ ਛੱਡੀ। ਆਹਦੇ ਬੈਠੀ ਠੀਕ ਹੈ ਜੀ, ਅਤੇ ਇੱਕ ਕਬੂਤਰ ਉੱਧਰੋਂ, ਹਾਂ ਲਾਲ ਚੀਨਾ ਨਹੀਂ ਛੱਡਿਆ ਜੀ। ਚਾਰ ਪੰਜ ਆਪਾਂ ਛੱਡਾਂਗੇ ਕੱਲ੍ਹ ਨੂੰ, ਅਤੇ ਬਾਜੀਆਂ ਆਈ ਜਾਂਦੀਆਂ ਬਸ ਸਿਰ 'ਤੇ ਹੁਣ ਨਿਬੜਨ ਵਾਲੇ ਕੰਮ 'ਤੇ। ਆਪਣੀ ਸ਼ਾਖ ਹੀ ਹੁਣ 70% ਠੀਕ ਹੋ ਚੁੱਕੀ ਕਿਉਂਕਿ ਇਹ ਹੁਣ ਤਾਂ ਚੜ੍ਹਨ ਲੱਗ ਗਈ, ਫੱਟੀ 'ਤੇ ਬਹਿ ਜਾਂਦੀ ਉੱਪਰ ਚੜ੍ਹ ਕੇ ਆਹ ਵਾਲੀ। ਅਤੇ ਖੁੱਡਿਆਂ ਦੀ ਅੱਜ ਮੈਂ ਕਰਤੀ ਸਫਾਈ ਇੱਧਰ ਵੀ ਅਤੇ ਉੱਧਰ ਵੀ, ਉਹ ਵੀ ਤੁਹਾਨੂੰ ਦਿਖਾ ਦਿੰਦਾ। ਅਤੇ ਜਦੋਂ ਵੀ ਇਹ ਆਉਣਗੇ ਇਹਨਾਂ ਨੂੰ ਤਾੜ ਦੇਣੇ, ਅਤੇ ਗਾਲੜਾ ਹੁਣ ਆਪਾਂ ਚੁਕਾ ਦੇਣੀ ਬਸ, ਇਹ ਹੁਣ ਜਿੱਦਣ ਆਪਾਂ ਪਿੰਡ ਗਏ ਲੈ ਚੱਲਾਂਗੇ। ਇਹ ਆਪਾਂ ਦੇ ਦੇਣੀ, ਉੱਥੇ ਇੱਕ ਬੰਦਾ ਮੰਗਦਾ ਸੀ ਕਬੂਤਰ ਆਪਣੇ ਤੋਂ, ਅਤੇ ਦੇ ਦੇਵਾਂਗੇ। ਬਾਕੀ ਉੜਦੇ ਆੜ ਜੀ ਤੁਸੀਂ ਦੇਖੀ, ਬਸ ਇਹ ਇਸ ਕਰਕੇ ਦੇਣੀ ਆ ਕਿਉਂਕਿ ਆਪਣੇ ਤੋਂ ਬਾਜੀ ਨਹੀਂ ਛੱਡੀ ਜਾਣੀ, ਇਹਦੀਆਂ ਹਰਕਤਾਂ ਮਾੜੀਆਂ, ਇਹ ਨਹੀਂ ਗੱਲ ਵੀ ਉੜਦੇ ਨਹੀਂ। ਅਤੇ ਬਾਕੀ ਤੁਹਾਨੂੰ ਉੱਧਰ ਲੈ ਜਾਣਾ ਮੇਰਾ ਦਿਖਾ ਦਿੰਦੇ ਹਾਂ, ਇੱਥੋਂ ਵੀ ਸਫਾਈ ਕਰਕੇ ਅੱਜ ਕੋਠੇ ਤੋਂ ਹਰ ਇੱਕ ਤੋਂ। ਉਹ ਥੋੜੀ ਜੁੱਧ ਲੱਗਿਆ ਉੱਧਰ, ਹੜੇ ਪਾਣੀ ਪੀਣਾ ਹਾਲ। ਆ ਜਾ ਆ ਜਾ ਆ ਜਾ, ਪੀ ਲਾ ਕੜਾ ਪੀ ਲਾ। ਉਹ ਆਪਣਾ ਉਹ ਵੀ ਛੱਡਿਆ ਸੀਗਾ, ਉਹ ਆ ਗਿਆ ਵਾ ਕੰਡ ਟੂਸੇ ਵਾਲਾ। ਇਹ ਇੰਨਾ ਬੇਈਮਾਨ ਨਾ, ਗੱਲਾਂ ਹੀ ਛੱਡ ਦਿਓ। ਛਤਰੀ ਬਸ ਤਾਂ ਉੱਚੀ ਖੜੀ ਨਹੀਂ ਹੁੰਦਾ ਜਦੋਂ ਨੂੰ ਆ ਕੇ ਬਹਿ ਜਾਂਦਾ ਵਾ। ਇਹ ਹੈਗਾ 2-2.5 ਘੰਟੇ ਵਾਲਾ, ਇਹ ਤਾਂ ਕਿਤੇ ਜੀ ਕਰਦਾ ਵੀ ਐਂਟਰੀ ਅਤੇ ਪੈਸੇ 'ਤੇ ਭਰ ਕੇ ਇਹਨੂੰ ਬਾਜੀ ਬੂਜੀ ਛੱਡ ਕੇ ਅਤੇ ਵੇਖੋਗੇ ਵੀ ਬਾਹਰ ਜ਼ੋਰ ਮਾਰਤਾ ਕਿ ਨਹੀਂ। ਇਹਨਾਂ ਦੇ ਹੋਰ ਭੈਣ ਭਾਈ ਨਾਲ ਦੇ ਵਧੀਆ ਉੜਦੇ ਹੈਗਾ ਜੀ, ਢਿੱਡ ਵਾਲੀ ਵੀ ਇਹਦੇ ਨਾਲ ਦੋਈ ਆ ਜਿਹੜੀ ਉੱਡੀ ਫਿਰਦੀ ਆ, ਵੈਸੇ ਉਹ ਵੀ ਜ਼ੋਰ ਹਿਸਾਬ ਨਾਲ ਹੀ ਮਾਰਦੀ ਆ। ਇਹਨਾਂ ਨਾਲ ਤੱਕ ਬਾਹਰ ਛੱਡ ਕੇ ਪਤਾ ਲੱਗ ਜੂ ਇਹਨਾਂ ਦੇ ਹੋਰ ਬੱਚੇ ਕਢਾ ਲਾਂਗੇ, ਨਹੀਂ ਫਿਰ ਜੋੜਾ ਪਲਟਾ ਆ ਕੇ ਲਾ ਦਾਂਗੇ। ਆਹ ਵੀ ਛੱਡਿਆ ਛੱਡਿਆ ਜੀ ਲਾਲ ਚੀਨਾ ਜਿਹਾ, ਆ ਵਿਆਹ ਆ ਗਿਆ ਵਧੀਆ। ਅਤੇ ਬਾਕੀ ਤੁਹਾਨੂੰ ਅਪਡੇਟ ਦੇ ਦਿੰਦੇ ਥੱਲੇ ਵਾਲੇ ਜੋ ਜੋੜਿਆਂ ਦੀ, ਚੱਲਦੇ ਹਾਂ ਥੱਲੇ ਬਾਹਰ ਲਾ ਦਿੰਦੇ ਹਾਂ। ਲੈ ਉੱਚੀ ਚੜ ਗਈ ਹੁਣ, ਇਹ ਤਾਂ ਪਾਪੇ ਦੀ ਗੂਦਰੀ, ਇੱਕ ਉਹ ਫਿਰਦਾ ਜਾਨਵਰ ਪਤਾ ਨਹੀਂ ਕਿਹਦਾ ਵਾ, ਕੁਛ ਇੱਧਰ ਫਿਰਦੇ ਆ ਤੇ ਆਹ ਫਿਰਦੀ ਆ ਢਿੱਡ ਵਾਲੀ ਅਤੇ ਪੇਟੀ ਵਾਲਾ, ਪੇਟੀ ਵਾਲਾ ਆ ਜਾਂਦਾ ਢਿੱਡ ਵਾਲੀ ਆਹ ਆਉਂਦੀ ਮੂਹਰੇ ਮੂਹਰੇ ਜਾਂ ਫਿਰਦੀ ਆ। ਫਿਰ ਐਵੇਂ ਮੈਨੂੰ ਇੱਥੇ ਧੁੱਪੇ ਮਚਾਇਆ, ਥੱਲੇ ਚੱਲਦੇ ਹਾਂ। ਮੈਂ ਤਾਂ ਕਿਹਾ ਮੈਨੂੰ ਆਵਾਜ਼ ਮਾਰਦਾ ਕੋਈ। ਅਤੇ ਇੱਕ ਜਿਹੜਾ ਸੰਜੂ ਨੇ ਬੱਚਾ ਆਪਾਂ ਨੂੰ ਕੱਲ੍ਹ ਜਦੋਂ ਪਰਸੋਂ ਬਾਜੀ ਤੋਂ ਆਏ ਹਾਂ ਗਿਫਟ ਕੀਤਾ ਸੀ, ਕਹਿੰਦਾ ਇਹਨੂੰ ਨੇ ਦੇ ਦੀ, ਉਹ ਉਹਨੂੰ ਦੇ ਦਾਂ ਆਪਾਂ ਬੱਚਾ। ਅਤੇ ਆ ਵੇਖੋ ਇੱਧਰ ਖੰਭ ਜੇ ਇਕੱਠੇ ਕਰਨ ਲੱਗ ਗਏ ਆ, ਬਸ 2-4 ਦਿਨਾਂ 'ਚ ਇਹਨੇ ਧਾਰ ਲੈਣੇ ਆ ਅੰਡਿਆਂ ਦੇ। ਇੱਧਰ ਕਬੂਤਰੀ ਬੈਠੀ ਹੋਣੀ, ਉਹਦੇ ਬੈਠੀ ਕੁੰਡੇ 'ਚ, ਇਹਦੇ ਆਂਡਾ ਝੋਲੀ 'ਚ ਚੈੱਕ ਕਰਦੇ ਆ ਵੀ ਹੈਗਾ ਵੀ ਕਿ ਨਹੀਂ। ਸੱਚ ਪਾਣੀ ਰਾਤ ਗਿਆ ਇਹਨਾਂ ਨੂੰ, ਮੈਂ ਲਿਆਉਣਾ ਕੱਪ 'ਚ ਉੱਧਰੋਂ ਪਾਣੀ, ਪਾਣੀ ਪਾ ਦੇ ਵਿਚਾਰੇ ਤਰਸੇ ਪਏ ਆ। ਗਰਮ
ਹਾਂ ਠੀਕ ਆ, ਚੱਕੋ ਭਰ ਲਿਆਂਦਾ ਕੱਪ, ਲੈ ਕੇ ਚੱਲਦੇ ਹਾਂ ਅੰਦਰ ਕੌਲੀਆਂ 'ਚ ਪਾ ਕੇ ਇਹਨਾਂ ਨੂੰ ਰੱਖ ਦਿੰਦੇ ਹਾਂ। ਪਤਾ ਇਹਨਾਂ ਨੂੰ ਵੀ ਕੌਲੀ ਆ। ਸੋਰੀ 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 ਸੋਰੀ, ਸੈਂਟਰ ਲਾਓ ਖੁੱਲ੍ਹ ਗਏ। ਇਹ ਇੱਥੋਂ ਇੱਥੋਂ ਚੱਕ ਦਿੰਦੇ ਹਾਂ ਜਾਲੀ। ਓਹੋ ਸੋਰੀ ਬ੍ਰੋ ਸੋਰੀ। ਆ ਲਓ ਜੀ ਟਰੇ 'ਚ ਦਾਣੇ, ਉਹ ਵੀ ਇਹਨਾਂ ਨੂੰ ਰੱਖ ਹੀ ਦਿੰਦੇ ਹਾਂ। ਥੱਲੇ ਇਹਨਾਂ ਨੂੰ ਪਾਣੀ ਪਿਆ ਦੇ ਗਏ, ਕੌਲੀ ਥੋੜ੍ਹੀ ਧੋ ਦਿੰਦੇ ਹਾਂ। ਅਤੇ ਕੱਲ੍ਹ ਬਦਾਮ ਖਾ ਕੇ ਖੁਸ਼ ਰਹੇ ਤੁਸੀਂ, ਜਿਵੇਂ ਜਿਵੇਂ ਬਾਜ਼ੀਆਂ ਜਿੱਤੀ ਜਾਵਾਂਗੇ ਸਾਰਿਆਂ ਨੂੰ ਬਦਾਮ ਪਾਈ ਜਾਇਆ ਕਰਾਂਗੇ ਆਪਾਂ। ਇੱਕ ਦੋ ਬਾਜ਼ੀਆਂ ਹੋਰ ਹੱਥ ਆ ਗਈਆਂ, ਨਜ਼ਾਰਾ ਜਾਊਗਾ। ਇਹ ਚੱਕੋ ਪਾਣੀ, ਪਾਣੀ ਪੀ ਲਿਓ, ਮੈਂ ਝੋਲੀਆਂ ਚੈੱਕ ਕਰਦਾ ਫਿਰ ਤੁਹਾਨੂੰ ਮਿਲਦਾ। ਟਰੇਆਂ 'ਚ ਪਾਲੇ ਦਾਣੇ, ਉੱਤੇ ਖਾਈ ਜਾਣਗੇ ਸਾਰਾ ਦਿਨ। ਲਓ ਜੀ ਇੱਕ ਪਾਸੇ ਬਣਾਉਂਦੀ, ਆਂਡੇ ਵੀ ਧਰੀ, ਚਲੋ ਖਾ ਲਓ ਖਾ ਲਓ ਖਾ ਲਓ ਖਾ ਲਓ ਖਾ ਲਓ। ਚੱਕੋ ਜੀ ਸੈਂਟਰ ਲੋਕ ਲਾਤਾ, ਇਹਨਾਂ ਨੂੰ ਵੀ ਟਰੇ ਰੱਖਤੀ ਆ, ਅਤੇ ਲਾ ਦਿੰਦੇ ਹਾਂ ਦਰਵਾਜ਼ਾ। ਚੱਕੋ ਜੀ ਹੁਣ ਇਹਨਾਂ ਨੂੰ ਬੇਫਿਕਰੇ ਹਾਂ, ਪਾਣੀ ਡੋਲ ਦਿੰਦੇ ਹਾਂ, ਕੱਪ ਰੱਖ ਦਿੰਦੇ ਹਾਂ, ਧੁੱਪੇ ਸੁੱਕ ਜੂਗਾ। ਹੁਣ ਤੁਹਾਨੂੰ ਦਿਖਾ ਦਾ ਮੈਂ ਜੀ ਕੋਈ ਜਾਨਵਰ ਆਉਂਦਾ ਤਾਂ ਢੈਡ ਵਾਲੀ ਦੇਖ ਲਈਏ, ਉਹਨੇ ਆਉਣਾ ਪਹਿਲਾਂ ਸਾਰਿਆਂ ਨੂੰ। ਪੇਟੀ ਪੂਟੀ ਵਾਲਾ ਹੈ ਜੇ ਆ ਫਿਰਦੇ ਆ, ਅਤੇ ਨਹੀਂ ਆਉਂਦੇ ਤਾਂ ਇਹਦਾ ਕੰਮ ਗਲਤ ਹੋ ਗਿਆ। ਇਹਦਾ ਭਾਪੇ ਵਾਲੀ ਆ, ਉਹ ਫਿਰਦਾ ਪੇਟੀ ਵਾਲਾ, ਢੈਡ ਵਾਲੀ ਅਤੇ ਚੀਨੀ। ਇਹ ਆ ਫਿਰਦੇ ਤਿੰਨੇ, ਆਪਣੇ ਆ ਤਿੰਨੇ, ਇਹ ਹਜੇ ਤਾਂ ਨਹੀਂ ਵੈਸੇ ਬਹਿੰਦੇ ਯਾਰ, ਕੋਈ ਚੱਕਰ ਨਹੀਂ। ਅਤੇ ਹੱਥ ਕੁਝੀਆਂ ਬਾਹਰ ਕੱਢਿਆ, ਚਲੋ ਕੋਈ ਨਾ ਪਈ ਰਹਿਣ, ਤੂੰ ਕੀਰਾ ਤੁਹਾਨੂੰ ਪਾਣੀ ਪੀ ਲਿਆ ਖੁੱਡੇ ਵਾਲੇ ਨੇ। ਟਾਈਮ ਮੈਟ ਮੂਟ ਇੱਥੇ ਹੀ ਪਾ ਲੈਂਦੀ, ਮੈਂ ਸਿੱਧਾ ਕਰ ਦਿੰਦੀ, ਇੱਥੇ ਕਰ ਦੇ ਕਲੋਟਾ ਕੰਮ। ਸ਼ੱਕ ਬਈ ਓਹੋ ਜਿਹੜਾ ਬਾਰੀ ਲਾ ਲੈਂਦੀ, ਜਿਵੇਂ ਜਿਵੇਂ ਆਈ ਜਾਣਗੇ ਇੱਥੇ ਪਾ ਲਾਂਗੇ, ਅਤੇ ਰਾਸ਼ਨ ਪਾਣੀ ਖਵਾ ਦਾਂਗੇ, ਅਤੇ ਕੋਡੇ 'ਚ ਛੱਡ ਆਵਾਂਗੇ। ਅਤੇ ਟਾਈਮ ਹੁਣ ਤੁਹਾਨੂੰ ਮੈਂ ਦੱਸ ਦਿੰਦਾ ਹੈਗਾ, 10:15 ਦਾ ਹੋ ਗਿਆ, ਹਜੇ ਤਾਂ ਫਿਰਦੇ ਆ, ਘੱਟੋ ਘੱਟ 11-12 ਵਜੇ ਬਹਿਣਗੇ, 6:30 ਵਜੇ ਆ। ਥਕਾਵਟ ਹੋ ਗਈ ਯਾਰ ਉੱਦਾਂ ਦੀ, ਬਾਜੀ ਵਾਲੇ ਦਾ ਨਾ ਬਾਹਲੀ ਭੱਜ ਦੌੜ ਹੋਈ, ਪੁੱਛੋ ਨਾ ਇੱਧਰ ਉੱਧਰ ਇੱਧਰ ਉੱਧਰ, ਕਬੂਤਰੀ ਮਾਰੇ ਵੀ ਮਿਲ ਜੇ, ਅਤੇ ਪਰ ਕਬੂਤਰੀ ਹੱਥ ਨਹੀਂ ਲੱਗੀ। ਚਲੋ ਕੋਈ ਨਾ, ਬਾਕੀ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿ ਨਾ ਪੱਠਾ ਤੁਹਾਨੂੰ ਦਿਖਾਉਂਦਾ ਮੈਂ। ਆ ਲਓ ਜੀ ਕਰੋ ਇਹਦੇ ਦਰਸ਼ਨ, ਇਹ ਆਪਣੇ ਕੋਲੋਂ ਹੀ ਗਿਆ, ਤੁਸੀਂ ਕਮੈਂਟ ਕਰਕੇ ਦੱਸਣਾ ਵੀ ਕਿਹੜਾ ਇਹ ਜਾਂ ਕਿਹਨੂੰ ਦਿੱਤਾ ਸੀ। ਠੀਕ ਹੈ ਜੀ, ਟਿਕਾ ਕੇ ਦੇਖ ਲਓ, ਪੈਰਾਂ 'ਤੇ ਮਾੜੇ ਮਾੜੇ ਡੱਕੇ, ਚਿੱਟੀਆਂ ਅੱਖਾਂ ਦਾ ਕਾਲੀ ਪੂਛ ਕੀਤੀ ਆ, ਅਤੇ ਮਾੜਾ ਕੱਚ 'ਚ ਰੰਗ ਲੱਗਿਆ, ਵੀ ਕਮੈਂਟ ਕਰਕੇ ਦੱਸਣਾ ਕਿਹੜਾ ਪੱਠਾ ਅਤੇ ਕਿਹਨੂੰ ਦਿੱਤਾ ਸੀਗਾ। ਠੀਕ ਹੈ ਜੀ, ਚੜ੍ਹ ਕੇ ਉੱਚੇ, ਇਹ ਹੋ ਗਏ ਹੋ ਗਏ ਹੋ ਗਏ ਹੋ ਫਿਰਦੇ ਆ, ਆਓ ਫਿਰਦੇ। ਚਲੋ ਕੋਈ ਚੱਕਰ ਨਹੀਂ, ਆਪੇ ਜਦੋਂ ਆ ਜਾਣਗੇ ਤਾੜ ਦਾਂਗੇ ਇਹਨਾਂ ਨੂੰ ਜਦੋਂ ਵੀ ਆਉਣਗੇ। ਅਤੇ ਹੁਣ ਛੱਡਾਂਗੇ ਆਪਾਂ ਬਾਜੀ, ਇੱਕ ਤਾਂ ਮੱਲੀਆਂ ਨੇ ਬਾਜੀ, ਇੱਕ ਖੋਸਾ ਪਾਂਡੋ ਬਾਜੀ ਆ, ਹਾਂ ਇਹ ਦੋਨੇ ਥਾਈ ਬਾਜੀ ਆ, ਦੇਖ ਲਾਂਗੇ ਜਿੱਥੇ ਵੀ ਵਧੀਆ ਲੱਗਿਆ ਮਾਹੌਲ ਉੱਥੇ ਛੱਡ ਦਾਂਗੇ ਕਬੂਤਰ।
ਅਤੇ ਬਾਕੀ ਜਿਹੜੇ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰ ਲਓ ਲਾਈਕ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ। ਬਾਏ ਮਿੱਤਰੋ। ਅਤੇ ਸੱਚ ਇੱਕ ਗੱਲ ਤੁਹਾਡੇ ਨਾਲ ਮੈਂ ਕਰਨੀ, ਇੱਕ ਬਾਈ ਕਹਿੰਦਾ ਵੀ ਐਡਰੈਸ ਕੀ ਤੁਹਾਡਾ, ਅਤੇ ਜੇ ਤੁਸੀਂ ਯਾਰ ਮੇਰੇ ਨਾਲ ਕੋਈ ਗੱਲਬਾਤ ਕਰਨੀ ਤੁਸੀਂ ਇੰਸਟਾਗ੍ਰਾਮ 'ਤੇ ਜਾ ਕੇ ਗੱਲ ਕਰ ਸਕਦੇ ਆ। ਆਈ ਡੀ ਹੈਗੀ ਆ ਪ੍ਰਭ ਧਾਲੀਵਾਲ 22, ਫਿਰ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਦਾ, ਪ੍ਰਭ ਧਾਲੀਵਾਲ 22, ਸਾਰਾ ਇਕੱਠਾ ਹੀ ਪਾਉਣਾ ਬਿਨਾਂ ਸਪੇਸ ਤੋਂ। ਅਤੇ ਉੱਥੇ ਜਾ ਕੇ ਮੈਨੂੰ ਮੈਸੇਜ ਕਰੋ ਤੁਸੀਂ ਜਿਹੜਾ ਕੁਛ ਪੁੱਛਣਾ, ਅਤੇ ਸਾਰਾ ਕੁਛ ਮੈਂ ਰਿਪਲਾਈ ਜ਼ਰੂਰ ਦਊਂਗਾ ਟਾਈਮ 'ਚੋਂ ਟਾਈਮ ਕੱਢ ਕੇ। ਠੀਕ ਹੈ ਜੀ, ਬਾਏ ਮਿੱਤਰੋ।